ਹਾਂਜੀ, ਅੱਜ ਦਿੱਲੀ ਕਮੇਟੀ ਦਾ ਇੱਕ ਵਫਦ ਜਿਹੜਾ ਉਹ ਸਰਨਾ ਸਾਹਿਬ ਦੀ ਅਗਵਾਈ ਦੇ ਵਿੱਚ ਇੱਥੇ ਆਇਆ। ਉਹਨਾਂ ਦੇ ਨਾਲ ਕੁਛ ਗੁਹਾਟੀ ਤੋਂ ਵੀ ਲੋਕ ਸੀ, ਉਹਨਾਂ ਨਾਲ ਇੱਥੇ ਉਹਨਾਂ ਨੇ ਇੱਥੇ ਜਿਹੜਾ ਮੀਡੀਆ ਨਾਲ ਦੀ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਸਰਨਾ ਸਾਹਿਬ ਨੇ ਗੁਰੂ ਘਰ ਦੇ ਵਿੱਚ ਸਟੇਜ ਦੇ ਵਿੱਚ ਬੋਲਦੇ ਹੋਏ ਕਿਹਾ ਵੀ ਜੇ ਸਿੱਖਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਤਾਂ ਉਹਨਾਂ ਦੇ ਕਿਤੇ ਨਾ ਕਿਤੇ ਕਰੈਕਟਰ ਦੇ ਵਿੱਚ ਜਾਂ ਉਹ ਆਪਣੇ ਜਿਹੜਾ ਆਪਣੇ ਕਰੈਕਟਰ ਨੂੰ ਆਪਣੀ ਜ਼ਿੰਦਗੀ ਨੂੰ ਇੰਨਾ ਉੱਚਾ ਚੁੱਕਣ ਵੀ ਉਹਨਾਂ ਨੂੰ ਕੋਈ ਸਵਾਲ ਨਾ ਖੜਾ ਕਰ ਸਕੇ। ਕੀ ਤੁਹਾਡੇ ਲੋਕਾਂ ਦੇ ਵਿੱਚ ਕਰੈਕਟਰ 'ਚ ਕੋਈ ਕਮੀ ਹੈ ਜਿਹੜਾ ਜੋਬ ਤੋਂ ਕੱਢਿਆ ਜਾ ਰਿਹਾ? ਨਹੀਂ, ਇਹ ਜਿਹੜੀ ਸਰਨਾ ਸਾਹਿਬ ਨੇ ਗੱਲ ਕਹੀ ਹੈ ਨਾ, ਇਹ ਗੱਲ ਬਿਲਕੁਲ ਹੀ ਗਲਤ ਆ। ਇਸ ਤਰ੍ਹਾਂ ਦੀ ਜਿਹੜੇ ਵਰਡ ਆ ਨਾ, ਉਹ ਯੂਜ਼ ਨਹੀਂ ਕਰਨੇ ਚਾਹੀਦੇ ਸਰਨਾ ਸਾਹਿਬ ਨੂੰ, ਕਿਉਂਕਿ ਉਹਨਾਂ ਨੇ ਦੋ ਪੁਆਇੰਟ ਕੀਤੇ ਆ। ਇੱਕ ਉਹਨਾਂ ਨੇ ਕਿਹਾ ਕਿ ਇਹ ਮਤਲਬ ਧਾਰਮਿਕ ਮਸਲਾ ਨਹੀਂ ਆ, ਮੰਨ ਲਓ ਸਿੱਖਾਂ ਦਾ ਮਸਲਾ ਨਹੀਂ ਆ, ਇਹ ਇੱਥੋਂ ਦੇ ਜ਼ਮੀਨ ਦਾ ਮਸਲਾ ਆ। ਅਤੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਆ ਕਿ ਜੇ ਸਿੱਖਾਂ ਦਾ ਮਸਲਾ ਨਹੀਂ ਆ ਤਾਂ ਫਿਰ ਸਿੱਖ ਲੀਡਰਸ਼ਿਪ ਇੱਥੇ ਕੀ ਕਰਨਾ? ਬਿਲਕੁਲ ਬਿਲਕੁਲ, ਕਿਉਂਕਿ ਇੱਥੇ ਜਿੰਨੇ ਵੀ ਸਿੱਖ ਲੀਡਰ ਆਉਂਦੇ ਸਾਰੇ ਆਪਣੀ ਆਪਣੀਆਂ ਰੋਟੀਆਂ ਸੇਕਣ ਵਾਸਤੇ ਆਉਂਦੇ, ਕਿਉਂਕਿ ਬਾਹਰੋਂ ਇਹਨਾਂ ਨੂੰ ਪ੍ਰੈਸ਼ਰ ਐਜ ਹੁੰਦਾ ਸਿੱਖਾਂ ਵੱਲੋਂ। ਇਹ ਇੱਥੇ ਆਉਂਦੇ ਆ, ਇਹ ਵਿਖਾਲਦੇ ਆ ਕਿ ਮਤਲਬ ਅਸੀਂ ਉੱਥੇ ਗਏ, ਸਾਡੀ ਮਤਲਬ ਜਿਹੜੀ ਪੂਰੀ ਸੰਵੇਦਨਾ ਜਿਹੜੀ ਆ ਉਹ ਇਹਨਾਂ ਦੇ ਨਾਲ ਆ, ਅਸੀਂ ਇਹਨਾਂ ਦੇ ਨਾਲ ਖੜ੍ਹੇ ਹਾਂ। ਪਰ ਹਕੀਕੀ ਤੌਰ ਦੇ ਉੱਤੇ ਅੱਜ 20 ਦਿਨ ਹੋ ਗਏ ਇਹਨਾਂ ਨੂੰ, ਪੁੱਛ ਕੇ ਵੇਖੋ ਕਿਸੇ ਵੀ ਕੇਸ ਜਿੰਨੇ ਵੀ ਆਏ ਆ ਕਿ ਮਤਲਬ ਕੀ ਇਹਨਾਂ ਨੇ ਕੰਕਰੀਟ ਸਟੈਪ ਕਿਹੜਾ ਚੁੱਕਿਆ ਹੋਇਆ। ਬਿਲਕੁਲ, 31 ਮਈ ਦੀ ਘਟਨਾ ਅੱਜ ਆ ਰਹੇ ਨੇ, ਕਾਫੀ ਮੀਡੀਆ ਵੀ ਨਾਲ ਲੈ ਕੇ ਆਏ ਨੇ, ਫੋਟੋਆਂ ਖਿਚਵਾਈਆਂ ਨੇ, ਔਰ ਵੱਡੀ ਗੱਲ ਜਿਹੜੀ ਪ੍ਰਸ਼ਾਸਨ ਨੂੰ ਮਿਲੇ ਨੇ, ਮੇਰੇ ਖਿਆਲ ਡਿਪਟੀ ਸੀਐਮ ਸਾਹਿਬ ਨੂੰ ਮਿਲੇ ਨੇ, ਔਰ ਇੱਥੋਂ ਦਾ ਕੋਈ ਬੰਦਾ ਨਾਲ ਲੈ ਕੇ ਗਏ ਨੇ, ਕਿਉਂਕਿ ਤੁਹਾਡੇ ਮੁੱਦੇ 'ਤੇ ਗੱਲ ਕਰਨੀ ਸੀ, ਤੁਹਾਨੂੰ ਨਾਲ ਲੈ ਕੇ ਗਏ ਨੇ? ਨਹੀਂ ਲੈ ਗਿਆ ਜੀ। ਇਹਨਾਂ ਬਾਰੇ ਕੀ ਸੋਚਦੇ ਹੋ, ਤੁਹਾਡਾ ਮਸਲਾ ਹੋਵੇ ਤੁਹਾਨੂੰ ਨਾਲ ਦੀ ਲੈ ਕੇ ਗਏ? ਇਹ ਹੁਣ ਇਹਨਾਂ ਦੀ ਸੋਚ ਹੈ, ਪਤਾ ਨਹੀਂ ਇਹਨਾਂ ਨੇ ਕਿਉਂ ਨਹੀਂ ਲੈ ਕੇ ਗਿਆ, ਪਰ ਸਾਨੂੰ ਤਾਂ ਜਾਣਾ, ਸਾਡਾ ਜਾਣਾ ਜ਼ਰੂਰੀ ਹੈ। ਇੱਕ ਗੱਲ ਹੋਰ, ਉਹਨਾਂ ਨੇ ਆ ਕੇ ਕਿਹਾ ਵੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਇੱਥੇ ਮਾਲ ਬਣੇਗਾ, ਥੱਲੇ ਜਿਹੜੀਆਂ ਦੁਕਾਨਾਂ ਹੋਣਗੀਆਂ ਉੱਪਰ ਸਿੱਖਾਂ ਦੇ ਘਰ ਹੋਣਗੇ, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਇਹ ਗੱਲ ਨਹੀਂ, ਸਹਿਮਤ ਨਹੀਂ ਪਹਿਲਾਂ ਤੋਂ, ਇਹ ਆਪਣੀ ਮਰਜ਼ੀ ਨਾਲ ਕਹਿ ਹੈ ਨਾ, ਇਹਨਾਂ ਨੂੰ ਪਹਿਲਾਂ ਸਾਡੇ ਨਾਲ ਗੱਲ ਕਰਨੀ ਚਾਹੀਦੀ ਆ। ਮੈਂ ਤਾਂ ਇਹਨਾਂ ਨੂੰ ਆਉਂਦਿਆਂ ਕਿਹਾ, ਜਦੋਂ ਇਹਨਾਂ ਨੇ ਮੈਨੂੰ ਦੱਸਿਆ ਨਾ, ਕਹਿੰਦੇ ਆਹ ਗੱਲ ਹੋਈ, ਮੈਂ ਕਿਹਾ ਮਾਲ ਦੇ ਵਾਸਤੇ ਤਾਂ ਅਸੀਂ ਰਾਜ਼ੀ ਨਹੀਂ, ਕਿਉਂਕਿ ਮਾਲ ਹੋਏਗਾ ਇੱਥੇ, ਉਹਨਾਂ ਦਾ ਖਾਸੀ ਲੋਕ ਜਿਹੜੇ ਉਹਨਾਂ ਦਾ ਆਉਣਾ ਜਾਣਾ ਹੋਊਗਾ, ਅਤੇ ਰੋਜ਼ ਦਿਹਾੜੀ ਲੜਾਈਆਂ ਹੋਇਆ ਕਰਨਗੀਆਂ ਸਾਡੇ ਬੱਚਿਆਂ ਦੇ ਨਾਲ, ਇੱਥੇ ਕੁੜੀਆਂ ਨੂੰ ਹੁਣ ਇਸ ਤਰ੍ਹਾਂ ਹੀ ਮਤਲਬ ਰਹਿੰਦੇ ਹੋਇਆ ਕੁੜੀ ਨੂੰ ਛੇੜ ਕੇ ਉਹਨਾਂ ਨੇ ਝਮੇਲਾ ਕੀਤਾ, ਅਤੇ ਰੋਜ਼ ਦਿਹਾੜੇ ਦਾ ਇੱਥੇ ਝਮੇਲਾ ਹੋਏਗਾ, ਅਤੇ ਸਾਡੇ ਸਾਡਾ ਕੰਮ ਸੋਲਵ ਕਰਨ ਵਾਸਤੇ ਆਇਆ ਕਿ ਝਮੇਲਾ ਪਾਉਣ ਖੜਾ ਕਰਨ ਵਾਸਤੇ ਆਇਆ? ਬਿਲਕੁਲ, ਸੋ ਇੱਥੇ ਇੱਕ ਦਿੱਲੀ ਕਮੇਟੀ ਦਾ ਵਫਦ ਆ ਜਿਹਦੇ ਆਉਣ ਕਰਕੇ ਇੱਥੇ ਕਾਫੀ ਵਿਵਾਦ ਹੋਇਆ। ਸਟੇਜ 'ਤੇ ਵੀ ਉਹਨਾਂ ਨੇ ਜੋ ਗੱਲਾਂ ਕੀਤੀਆਂ ਉਹ ਭਾਈ ਗੁਰਜੀਤ ਸਿੰਘ ਜੀ ਅਤੇ ਬਾਕੀ ਸੰਗਤ ਨੂੰ ਮਨਜ਼ੂਰ ਨਹੀਂ, ਉਹਨਾਂ ਨੇ ਕਿਹਾ ਜਿਹੜੇ ਸਿੱਖ ਨੌਜਵਾਨਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਉਹ ਉਹਨਾਂ ਦੇ ਕਿਤੇ ਨਾ ਕਿਤੇ ਕਰੈਕਟਰ ਦੇ ਵਿੱਚ ਜਾਂ ਉਹਨਾਂ ਦੇ ਜੀਵਨ ਦੇ ਵਿੱਚ ਉਹ ਕਮੀ ਹੋਏਗੀ, ਅਤੇ ਇਹਨਾਂ ਨੂੰ ਜ਼ਿੰਦਗੀ ਨੂੰ ਹੋਰ ਉੱਚਾ ਚੁੱਕਣਾ ਚਾਹੀਦਾ ਤਾਂ ਕਿ ਜਿਹੜਾ ਇਹਨਾਂ ਨੂੰ ਨੌਕਰੀਆਂ ਤੋਂ ਕਿਤੇ ਨਾ ਕਿਤੇ ਹੱਥ ਨਾ ਧੋਣੇ ਪੈਣ। ਦਾ ਖਾਲਸ ਟੀ ਵੀ, ਸ਼ਿਲੌਂਗ।